ਬਰਨਾਲਾ ਪੁਲਿਸ ਨੇ ਇੱਕ ਬਜ਼ੁਰਗ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਔਰਤ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਹ ਮੁਲਜ਼ਮ ਪੁਲਿਸ ਦੇ ਹੱਥੇ ਉਦੋਂ ਚੜੇ ਜਦੋਂ ਸੇਖਾ ਚੌਕ ਕੋਲ ਪੁਲਿਸ ਨੇ ਇਹਨਾਂ ਮੁਲਜ਼ਮਾਂ ਦੀ ਕਾਰ ਰੋਕ ਕੇ ਉਸ ਦੀ ਤਲਾਸ਼ੀ ਲਈ। ਪੁਲਿਸ ਮੁਤਾਬਕ ਇਹ ਮੁਲਜ਼ਮ ਹੁਣ ਤੱਕ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਜੀ ਕੱਲ ਐਡੀਸ਼ਨ ਐਸਐਚਓ ਗਵਰਨਮੈਂਟਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਚੈਕਿੰਗ ਕੀਤੀ ਗਈ ਸੀ ਗੱਡੀ ਤੇ ਇੱਕ ਗੱਡੀ ਰੋਕੀ ਦਿੱਲੀ ਦਾ ਨੰਬਰ ਸੀਗਾ। ਉਹ ਪੁਲਿਸ ਪਾਰਟੀ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜਦੋਂ ਕਿ ਉਹਨੂੰ ਰੋਕ ਕੇ ਉਹਨੇ ਪੁੱਛਗਿੱਛ ਕੀਤੀ ਉਹਦੇ ਵਿੱਚ ਇੱਕ ਬਜ਼ੁਰਗ ਸੀ ਮੰਗਤ ਰਾਏ ਬਾਂਸਲ ਨਾਮ ਦਾ ਅਤੇ ਜਿਹੜਾ ਕਿ ਪੁਲਿਸ ਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗਾ। ਆਪਦੀ ਉਹਨਾਂ ਨੇ ਉਹਨੂੰ ਬੁਲਾ ਕੇ ਇਨਵੈਸਟੀਗੇਸ਼ਨ ਕੀਤੀ ਵੀ ਕੀ ਗੱਲ ਆ, ਰੋਣ ਦਾ ਕਾਰਨ ਪੁੱਛਿਆ। ਜਿਹਨੇ ਦੱਸਿਆ ਵੀ ਮੇਰੇ ਨਾਲ ਇਹਨਾਂ ਨੇ ਇੱਦਾਂ ਕਰਕੇ ਮੈਨੂੰ ਬਲੈਕਮੇਲ ਕਰਨ ਲਈ ਕੋਈ ਲੇਡੀ ਨੂੰ ਨਜਾਇਜ਼ ਤੌਰ 'ਤੇ ਪੇਸ਼ ਕਰਕੇ ਉਹ ਤੋਂ ਪੈਸੇ ਵਟਾਉਣ ਦੀ ਕੋਸ਼ਿਸ਼ ਕੀਤੀ ਹੈ। 20,000 ਰੁਪਇਆ ਤੋਂ ਲੈ ਲਿਆ ਸੀਗਾ, 1,00,000 ਰੁਪਇਆ ਹੋਰ ਲੈਣ ਦੀ ਉਹ ਕੀਤੀ ਹੈ, ਜਿਹੜਾ ਕਿ ਉਹਨੂੰ ਆਪਦੇ ਕਬਜ਼ੇ ਕਰਕੇ ਅਤੇ ਉਹਨੂੰ ਲੈ ਕੇ ਚੱਲੇ ਸੀਗੇ ਕਿਡਨੈਪ ਕਰਕੇ, ਜਿਹੜਾ ਕਿ ਮੌਕੇ 'ਤੇ ਉਹਨਾਂ ਨੂੰ ਕਾਬੂ ਕਰਕੇ ਅਰੈਸਟ ਪਾ ਕੇ ਅੱਜ ਪੇਸ਼ ਕੀਤਾ ਗਿਆ, ਜਿਹਨਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ।